आ शहर दे विच दिवाली दे पटाकियां तो पहला ही गोलियां तावड़ तोड़ चल पईयां, जिस तों बाद पूरे इलाके दे विच सनसनी फैल गई ते लोक फटाफट अपने घरां दे विच वड़ गए ते मौके ते बैठे दुकानदार भी अपनियां दुकानां दे विच जा वड़े। सीन ही अजिहा बन गया। तुसी भी तस्वीरां देख रहे हो कि इत्थे गोलियां दे खोल पए ने। तां दस दे कि बदमाशां दे वल्लों पुलिस दे उत्ते फायरिंग कीती गई, तां जवाबी कार्रवाई करदे होए पुलिस ने भी क्रॉस फायरिंग की। उत्थे घटना ते मौजूद एक नौजवान ने दस्सिया कि थेड़े पिंड दे नौजवान दे पिछे कई दिनों तो पुलिस पई हुई सी। इस मामले विच व्यक्ति ने दस्सिया कि कुक्कड़ पिंड दे विच दो धिरां दे विच होई झट तो बाद बदमाश मौके तो फरार हो गया सी ते हुण ओह गड्डी दे विच सवार होके आया सी, जिसकी सूचना पुलिस नूं मिली तां पुलिस ने इस बदमाश नूं फड़न दे लई उसका पीछा किया, जिस तों बाद बदमाशां ने बचण दे वास्ते गोलियां चलाईयां तां फिर पुलिस ने भी क्रॉस फायरिंग कर दित्ती। ਕੀ ਗੱਲਬਾਤ ਹੋਈ ਜੀ ਜਮਸ਼ੇਦ ਰੋਡ ਤੇ? ਗੱਲ ਪਤਾ ਲੱਗੀ ਵੀ ਕੋਈ ਖੇੜੇ ਦਾ ਮੁੰਡਾ ਸੀਗਾ, ਉਹ ਕਿੰਨੇ ਦਿਨ ਹੋ ਗਿਆ ਸੀ ਪੁਲਿਸ ਉਹਦੇ ਮਗਰ ਲੱਗੀ ਸੀ। ਕੁੱਕੜ ਪਿੰਡ ਵੀ ਕਦੇ ਕੋਈ ਇਹਨਾਂ ਦਾ ਹੋਇਆ, ਉੱਥੇ ਨਾ ਝੜਪ ਹੋਈ ਸੀ ਤੇ ਉੱਥੋਂ ਉਹ ਨਿਕਲ ਗਿਆ ਸੀਗਾ ਤੇ ਅੱਜ ਇੱਥੇ ਹੈਰੀਅਰ ਗੱਡੀ ਵਿੱਚ ਆਇਆ ਸੀ, ਸੁਣਨ ਵਿੱਚ ਆਇਆ ਤੇ ਉਹ ਪੁਲਿਸ ਨੇ ਹੁਣੇ ਜਿੱਦਾਂ ਉੱਥੇ ਮਗਰ ਗੱਡੀ ਲਾ ਕੇ ਪਹਿਲਾਂ ਇੱਥੇ ਵੀ ਗੱਡੀ ਆ ਖੰਭੇ ਦੇ ਵਿੱਚ ਵੀ ਮਾਰੀ ਆ, ਤੁਹਾਨੂੰ ਦਿਖਾ ਲਿਆ ਸੀ ਆਹ ਖੰਭਾ, ਖੰਭੇ ਦੇ ਵਿੱਚ ਗੱਡੀ ਵੱਜੀ ਆ ਤੇ ਉਹ ਮੁੰਡੇ ਨੇ ਦੱਸਦਾ ਉਹ ਗੱਡੀ ਮੋੜ ਲਈ ਆ, ਕਹਿੰਦੇ ਟਾਇਰ ਟੂਰ ਪਾੜ ਗਿਆ ਸੀ ਗੱਡੀ ਦੇ ਪਰ ਪੁਲਿਸ ਮਗਰ ਉਹਦੇ ਐਨ ਲੱਗੀ ਰਹੀ ਹੈ ਨਾ, ਕਿੰਨੇ ਦਿਨਾਂ ਦੀ ਮਗਰ ਲੱਗੀ ਸੀ ਪੁਲਿਸ ਤੇ ਉਸ ਤੋਂ ਬਾਅਦ ਜਦੋਂ ਉੱਥੇ ਗਏ ਆ ਤੇ ਉੱਥੇ ਜਾ ਕੇ ਤੇ ਕਹਿੰਦੇ ਘੇਰਾ ਪਾ ਕੇ ਤੇ ਉਹਨਾਂ ਨੇ ਉੱਥੇ ਫੜ ਲਿਆ ਗੱਡੀ, ਐਨ ਜਿੱਦਾਂ ਬੰਦ ਹੀ ਹੋ ਗਈ ਸੀ ਤੇ ਪੁਲਿਸ ਵਾਲਿਆਂ ਨੇ ਘੇਰਾ ਪਾ ਕੇ ਉਹ ਫੜ ਲਿਆ ਤੇ ਹੁਣ ਉਹਨਾਂ ਨੂੰ ਖਰੇ ਲੈ ਗਏ ਆ ਫੜ ਕੇ ਜਮਸ਼ੇਦ ਸਦਰ ਥਾਣੇ ਦੀ। ਸ਼ਾਇਦ ਪੁਲਿਸ ਉਹਨਾਂ ਦੇ ਮਗਰ ਲੱਗੀ ਹੋਈ ਕਿ ਤਿੰਨ ਥਾਣਿਆਂ ਦੀ ਫੋਨ ਵਿੱਚ ਆਇਆ ਕਿ ਮਗਰ ਲੱਗੀ ਸੀ ਪਰ ਫੜਿਆ ਜਿਹੜਾ ਉਹ ਜਮਸ਼ੇਦ ਥਾਣੇ ਦੀ ਨੇ ਫੜਿਆ। ਤੁਸੀਂ ਦੇਖਿਆ ਵੀ ਹੈ ਜੋ ਕਿ ਕੀ ਗੱਲਬਾਤ ਕੀ ਬਾਤ ਪੁਲਿਸ ਨੇ ਫਾਇਰਿੰਗ ਵੀ ਕੋਈ ਕੀਤੀ ਆ ਤੇ ਇਹਨਾਂ ਨੇ ਆ ਸੁਣਨ ਵਿੱਚ ਆਇਆ ਚਸ਼ਮਦੀਦਾਂ ਨੇ ਜਦੋਂ ਲਾਗੇ ਦੁਕਾਨਦਾਰਾਂ ਨੇ ਵੀ ਦੱਸਿਆ ਵੀ ਸ਼ਾਇਦ ਫਾਇਰਿੰਗ ਵੀ ਹੋਈ। ਖੈਰ ਦੱਸ ਦਈਏ ਕਿ ਇੱਕ ਪਾਸੇ ਤਾਂ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਪੁਲਿਸ ਕਾਫੀ ਸਰਗਰਮ ਹੈ, ਚੱਪੇ ਚੱਪੇ ਤੇ ਉਹਨਾਂ ਦੇ ਵੱਲੋਂ ਨਾਕੇ ਲਗਾ ਕੇ ਲੋਕਾਂ ਦੀਆਂ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਕਿਤੇ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।